जी वाहेगुरु जी। जननी जने तो सूरमा जासे गुरु गोविंदा, शेरां वर्गे शत्रु सांभ सकण ना जिंदा, पर जे तके मेहर नाल ऐवें बिंद दी बिंदा, जुगां जुगां दी साहिबी बख्श दवे बख्शिंदा। एक पुत्र है शेर का वारा जनता सूरा, कुकर शुकर डरत है रहे शेर से दूरा, मन तू जो स्वरूप है अपना मूल पछाणा, मन हर जी तेरे नाल है गुरमती रंग माणा। जीवन रूपी जना वेच मैकी कसतूरी, कर गए करनी नाल में मिट्टी नूरो नूरी, सुचे हंसा नाल ना रल सकना कामा, जुगा दीक नहीं मिटना मरदा दा नावा। जीवन रूपी जना वेच मैकी कसतूरी, कर गए करनी नाल में मिट्टी नूरो नूरी, सुचे हंसा नाल सकना कावा, जुगा दीक नहीं मिटना मरदा दा नामा। जात पात अज्ञान दा जिन कढ़िया कंडा, उच्चा कीता जग विच जिन सच दा झंडा। राजा नू छी आखिया दिल दे दरियावा, जुगा दीक नहीं मिटना मरदा दा नामा। मखमली तवियां ते कड़ गए, जीदे हर गोबिंद ने सामे जुल्म दे खड़ गए। जंगा विच कीतियां ते गांदियां शावां, जुगा दीक नहीं मिटना मरदा दा नावा। हो के आप जतीम ते तोरे बापू केड़ा, हो के आप जतीम ते तोरे बापू केड़ा, ला दे भारत वर्ष दे चेहरे ते खेड़ा। जिंदा रखिया धर्म नू लै मौत न लावा, जुगा दीक नहीं मिटना मरदा दा नावा। तुरखंडे दी तार ते जन रुतबा पाया, दिल्ली तो आनंदपुर गुरसीस पचाया। अणखी जई ते मर्द नाल कोई तुमे ना सावा, जुगा दीक नहीं मिटना मरदा दा नावा। पुत्तां दे लहू रंगिया रंगिया रंगिया, हाँ पुत्तां दे लहू रंगिया जो चंडा चुल्ले, कलगी तर दशमेश दा ना कदे ना भुल्ले। पलटारू मर्द तो लख सदके जावा, जुगा दीक नहीं मिटना मरदा दा नावा। परलो लिया सरहंद विच बंदा सिंह वीरा, परलो लिया सरहंद विच बंदा सिंह वीरा, सदियां दियां तोड़िया सी गलों जंजीरा। झंडा गड्डिया राज दा पन जुल्मी बावा, जुगा दीक नहीं मिटना मरदा दा नावा। कपूर सिंह ते मनी सिंह तारू सिंह सूरे, भुल नहीं सकदे दीप सिंह करनी दे पूरे। मनुए वर्गे सूर में नित जनन नमावा, जुगा दीक नहीं मिटना मरदा दा नावा। कल्लू कारे हुए कई पिछे पैर न सरके, सिरज गए इतिहास नूं लिख खूनी वरके। भूला सिंह जथेदार दा कोई बदल न सावा, जुगा दीक नहीं मिटना मरदा दा नावा। सुखा सिंह मताब सिंह पोता सिंह जंगी, आलू वालिया चढ़त सिंह ते हर
ਹਰੀ ਸੋ ਪੰਗੀ ਸ਼ਾਮ ਸਿੰਘ ਨੂੰ ਪੁੱਲੂ ਨਾ ਕਦੇ ਪਿੜ ਸਬਰਾਵਾ ਜੁਗਾਂ ਦੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਬਬਰਾ ਕਾਲੀ ਸੂਰਮੇ ਓ ਬਬਰਾ ਕਾਲੀ ਬਬਰਾ ਕਾਲੀ ਸੂਰਮੇ ਤੇ ਗਦਰੀ ਬਾਬੇ ਊਧਮ ਸਿੰਘ ਤੇ ਭਗਤ ਸਿੰਘ ਕਰਤਾਰ ਸਰਾਬੇ ਦੇਸ਼ ਆਜ਼ਾਦੀ ਵਾਸਤੇ ਲਹੂ ਡੋਰ ਦਨਾਵਾ ਜੁਗਾਂ ਦੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਭੁੱਲਣ ਨਾ ਬਾਬੇ ਚਰਨ ਸਿੰਘ ਦੀਆਂ ਅਣਖੀ ਕਾਰਾਂ ਭੁੱਲਣ ਨਾ ਬਾਬੇ ਚਰਨ ਸਿੰਘ ਦੀਆਂ ਅਣਖੀ ਕਾਰਾਂ ਜਿੰਨਾ ਸਿੱਖ ਜੁਝਾਰੂਆਂ ਦੀਆਂ ਲਈਆਂ ਸਾਰਾ ਸੰਤ ਨੂੰ ਚੁੱਕ ਸੀਸ ਨਵਾਵਾ ਜੁਗਾਂ ਦੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਗੁਰਮੁਖ ਆਲਮ ਭੁੱਲੂ ਨਾ ਕਦੇ ਗੁਰਮੁਖ ਆਲਮ ਭੁੱਲੂ ਨਾ ਰਣਜੀਤ ਪਿਆਰਾ ਪਿੰਡਰਾਂ ਵਾਲਾ ਰੂਹ ਚਮਕਦਾ ਬਣ ਕੁਤਬ ਸਤਾਰਾ ਸੁਖਾ ਜਿੰਦਾ ਸਤਵੰਤ ਤੇ ਬੇਅੰਤ ਗੁਟਾਵਾ ਸਾਚਾ ਗੁਰੂ ਲਾਧੋਰੇ ਮਹਾਨ ਇਤਿਹਾਸਕ ਦਿਹਾੜਾ ਸਤਿਗੁਰਾਂ ਦੀ ਇਹ ਚਰਨ ਛੋਹ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਲੰਮਾ ਸਮਾਂ ਅਕਾਲ ਪੁਰਖ ਦੀ ਬੰਦਗੀ ਸਿਮਰਨ ਕੀਤਾ ਔਰ ਇਸ ਧਰਤੀ ਤੋਂ ਹੀ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਜਦੋਂ ਮਿਲਦੀ ਹੈ ਬਾਅਦ ਵਿੱਚ ਮਜ਼ਲੂਮਾਂ ਦੀ ਖਾਤਰ ਜੋ ਵੱਡੀ ਕੁਰਬਾਨੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ ਉਹ ਮਹਾਨ ਕਾਰਨਾਮਾ ਕਰਨ ਵਾਲੇ ਸਤਿਗੁਰੂ ਉਹਨਾਂ ਦੇ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਬੜੇ ਸ਼ਰਧਾ ਸਤਿਕਾਰ ਸਹਿ ਦੂਰਾਂ ਦੂਰਾਂ ਤੋਂ ਚੱਲ ਕੇ ਆਈ ਗੁਰੂ ਪਿਆਰੀ ਸਾਧ ਸੰਗਤ ਫਤਿਹ ਦੀ ਸਾਂਝ ਪਾਓ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਸਰਹੰਦ ਫਤਿਹ ਉਹਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਪਹੁਵੰਡ ਉਹਨਾਂ ਦਾ ਜੱਥਾ ਹਾਜ਼ਰੀ ਭਰ ਕੇ ਗਿਆ ਹੈ ਸਾਡੇ ਧਰਮ ਪ੍ਰਚਾਰਕ ਵੀਰ ਜੀ ਉਹਨਾਂ ਨੇ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਬੜੀਆਂ ਕੀਮਤੀ ਗੱਲਾਂ ਕਹੀਆਂ ਇਤਿਹਾਸ ਇਹ ਸਾਡੀ ਵਿਰਾਸਤ ਇਹਨੂੰ ਸੰਭਾਲਣ ਦੀ ਲੋੜ ਹੈ ਔਰ ਜਦ ਤੱਕ ਅਸੀਂ ਇਸ ਇਤਿਹਾਸ ਪ੍ਰਤੀ ਸੁਚੇਤ ਨਹੀਂ ਹੁੰਦੇ ਗੁਰਬਾਣੀ ਪ੍ਰਤੀ ਸਾਡੀ ਕੌਮ ਰਸਾਤਲ ਵੱਲ ਜਾਵੇਗੀ ਇੱਕ ਮੈਂ ਬੇਨਤੀ ਕਰਾਂ ਮੈਂ ਹੁਣੇ ਵਿਚਾਰ ਕਰ ਰਿਹਾ ਸਾਂ ਆਪਣੇ ਪ੍ਰਚਾਰਕ ਵੀਰਾਂ ਦੇ ਨਾਲ ਹੀ ਅਸੀਂ ਬਾਕੀ ਲੰਗਰ ਲਾਉਣੇ ਬਹੁਤ ਸ਼ੁਰੂ ਕਰ ਦਿੱਤੇ ਪਰ ਗੁਰਸ਼ਬਦ ਦਾ ਲੰਗਰ ਬਾਣੀ ਦਾ ਇਤਿਹਾਸ ਦਾ ਇਤਿਹਾਸਕ ਪੁਸਤਕਾਂ ਉਹ ਪੜ੍ਹਨ ਤੋਂ ਅਸੀਂ ਦੂਰ ਚਲੇ ਗਏ ਪਰ ਸਾਰਾ ਜ਼ੋਰ ਲੰਗਰਾਂ ਤੇ ਲੱਗਾ ਹੈ ਪਹਿਲੀ ਗੱਲ ਤੇ ਜ਼ਿਆਦਾ ਐਸੇ ਪਦਾਰਥ ਖਾ ਕੇ ਅਸੀਂ ਲੋਕਾਂ ਨੂੰ ਬਿਮਾਰ ਕਰ ਰਹੇ ਹੁਣ ਤੇ ਹੋਰ ਅੱਗੇ ਗੱਲ ਚਲੇਗੀ ਆ ਜੀ ਕਾਹਦਾ ਲੱਗਾ ਲੰਗਰ ਗੋਲ ਗੱਪਿਆਂ ਦਾ ਕੇਕ ਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਕੁਝ ਗ੍ਰਹਿਣ ਕਰਨ ਵਾਸਤੇ ਆਉਂਦੇ ਹਾਂ ਇੰਨੇ ਪਦਾਰਥ ਛੱਕ ਲੈਂਦੇ ਹਾਂ ਦੀਵਾਨ ਵਿੱਚ ਕੌਣ ਬਹੂਗਾ ਤੇ ਕਿਹਦੀ ਸੁਰਤੀ ਲੱਗੂਗੀ ਤੇ ਬਿਮਾਰੀਆਂ ਵਾਤਾਵਰਨ ਪੰਜਾਬ ਦਾ ਹਿੰਦੁਸਤਾਨ ਦਾ ਅੱਗੇ ਹੀ ਵਿਗੜ ਗਿਆ ਨਾ ਪੌਣ ਪਾਣੀ ਇੱਥੇ ਸ਼ੁੱਧ ਨਾ ਖਾਣਾ ਸ਼ੁੱਧ ਜ਼ਹਿਰੀਲੀਆਂ ਖਾਦਾਂ ਰਸਾਇਣਕ ਪਦਾਰਥ ਅਸੀਂ ਵਰਤ ਰਹੇ ਹਾਂ ਉਹਦੇ ਨਾਲ ਇੰਨੀਆਂ ਬਿਮਾਰੀਆਂ ਹਨ ਤੇ ਉਹਦੇ ਨਾਲ ਹੋਰ ਐਸੇ ਪਦਾਰਥ ਬਣਾ ਕੇ ਅਸੀਂ ਲੋਕਾਂ ਨੂੰ ਬਿਮਾਰ ਨਾ ਕਰੀਏ ਲੰਗਰ ਸਾਦਾ ਹੋਣਾ ਚਾਹੀਦਾ ਹੈ ਮੇਰੀ ਦਾਸ ਦੀ ਬੇਨਤੀ ਹੱਥ ਜੋੜ ਕੇ ਨਿਮਰਤਾ ਸਰ ਕੌਮਾਂ ਦਾ ਇਤਿਹਾਸ ਸੂਰਮਿਆਂ ਮਰਦਾਂ ਦਾ ਸਦਕਾ ਉਹ ਕਾਇਮ ਰਹਿੰਦਾ ਸਾਡੇ ਵੀਰ ਅਵਤਾਰ ਸਿੰਘ ਜੀ ਭੋਮੇ ਵਾਲੇ ਜਥੇ ਦੇ ਬਾਣ ਵਿੱਚ ਉਹਨਾਂ ਵੱਲੋਂ ਮਾਇਆ ਹਾਜ਼ਰ ਹੈ ਭਾਲੋ ਵਾਲੀ ਦੀ ਸੰਗਤ ਵੱਲੋਂ ਇਹ ਸਾਰੇ ਨਗਰ ਜਥੇ ਨੂੰ ਪਿਆਰ ਕਰਦੇ ਹੈ ਕਿਉਂਕਿ ਲੰਮਾ ਸਮਾਂ ਬਾਪੂ ਨੇ 70 ਸਾਲ ਕੌਮ ਦੀ ਸੇਵਾ ਕੀਤੀ ਉਹਨਾਂ ਦੇ ਨਾਲ ਬਚਪਨ ਤੋਂ ਲੈ ਕੇ ਤਕਰੀਬਨ 50 ਸਾਲ ਮੈਂ ਵੀ ਵਿਚਰਿਆ ਸੋ ਸਾਰੀ ਸੰਗਤ ਸਤਿਕਾਰ ਕਰਦੀ ਹੈ ਮੈਂ ਧੰਨਵਾਦ ਕਰਦਾ
ਸਾਡੇ ਵੀਰ ਨਿਰਮਲ ਸਿੰਘ ਜੀ ਮਹਿਦੀਪੁਰ ਵਾਲੇ ਇਹਨਾਂ ਦੇ ਪਿਤਾ ਜੀ ਵੀ ਬਹੁਤ ਸਾਡਾ ਸਤਿਕਾਰ ਕਰਦੇ ਸਨ ਸਰਦਾਰ ਮਹਿੰਦਰ ਸਿੰਘ ਜੀ ਡੂੰਗਾ ਔਰ ਬਾਬਾ ਜੀ ਦੇ ਬੜੇ ਉਹ ਸੇਵਾਦਾਰ ਸਨ ਉਹਨਾਂ ਵੱਲੋਂ ਜਥੇ ਦੇ ਮਾਣ ਵਿੱਚ ਮੈਂ ਹਾਜ਼ਰ ਹੈ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਮੈਂ ਬੇਨਤੀ ਕਰਾਂ ਜਦੋਂ ਉਹ ਸਟੇਜਾਂ ਤੇ ਆਉਂਦਾ ਸੀ ਅਸੀਂ ਬੜੇ ਜਕਾਰੇ ਬੁਲਾਉਂਦੇ ਸਾਂ ਬੜੇ ਉਹਦੇ ਹੱਕ 'ਚ ਗੱਲਾਂ ਕਰਦੇ ਸਾਂ ਅੱਜ ਕੋਈ ਬੰਦਾ ਉਹਦਾ ਨਾਂ ਲੈਣ ਤੱਕ ਤਿਆਰ ਨਹੀਂ ਆ ਮਨੀਪੁਰ ਇਹ ਹਰਿਆਣੇ ਵਿੱਚ ਜੋ ਕੁਝ ਹੋਇਆ ਉਹਨਾਂ ਲੋਕਾਂ ਨੇ ਜੋ ਖੁੱਲ੍ਹੇਆਮ ਐਸਾ ਨੰਗਾ ਨਾਚ ਕੀਤਾ ਮਨੀਪੁਰ ਵਿੱਚ ਬੀਬੀਆਂ ਭੈਣਾਂ ਦੀ ਇੱਜ਼ਤ ਉਹਨਾਂ ਨੂੰ ਨੰਗਿਆਂ ਕਰਕੇ ਫੇਰਿਆ ਗਿਆ ਉਹਨਾਂ ਦੇ ਰੇਪ ਹੋਏ ਉੱਥੇ ਕੋਈ NSA ਨਹੀਂ ਪਰ ਇਹ ਸਾਡੇ ਸਿੰਘ ਜਿਹੜੇ ਅੰਮ੍ਰਿਤ ਛਕਾਉਣ ਨਸ਼ਿਆਂ ਤੋਂ ਰਹਿਤ ਕਰਨ ਉਹਨਾਂ ਤੇ ਸਰਕਾਰ ਵੱਖਰਾ ਕਾਨੂੰਨ ਉਹਨਾਂ ਨੂੰ ਕਾਲੇ ਪਾਣੀ ਡਿਬਰੂਗੜ੍ਹ 'ਚ ਡੱਕਿਆ ਹੋਇਆ ਕੋਈ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਅਸੀਂ ਸੌਂ ਜਾਂਦੇ ਹਾਂ ਸੋ ਐਸੇ ਮਰਦਾਂ ਦੇ ਹੱਕ ਵਿੱਚ ਆਵਾਜ਼ ਉਠਾਉਣੀ ਸਾਡਾ ਮੁੱਢਲਾ ਫਰਜ਼ ਹੈ ਸੋ ਉਹ ਸੂਰਮੇ ਦੀ ਚੜ੍ਹਦੀ ਕਲਾ ਵਾਸਤੇ ਜਿਸ ਵੀਰ ਨੇ ਇਹ ਹੌਸਲਾ ਕੀਤਾ ਹੈ ਮੈਂ ਉਹਦਾ ਧੰਨਵਾਦ ਕਰਦਾ ਹਾਂ ਸਤਿਗੁਰੂ ਉਹਦੀ ਮਨੋਕਾਮਨਾਵਾਂ ਗੁਰੂ ਬਾਬਾ ਜੀ ਪੂਰੀਆਂ ਕਰਨ ਬਾਬਾ ਬੰਦਾ ਸਿੰਘ ਜਿਹਨੇ ਪੰਜਾਬ ਵਿੱਚ ਸਿੱਖ ਰਾਜ ਕਾਇਮ ਕੀਤਾ ਪਹਿਲਾ ਸਿੱਖ ਰਾਜ ਜਿਸ ਰਾਜ ਨੇ ਸਦਕਾ ਸਾਨੂੰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਲੰਮੀ ਕੁਰਬਾਨੀ ਤੋਂ ਬਾਅਦ ਉਹਨੇ ਦੁਬਾਰਾ ਉਹ ਸਿੱਖ ਰਾਜ ਕਾਇਮ ਕੀਤਾ ਸੋ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੋਣ ਤੋਂ ਬਾਅਦ ਸਰਕਾਰ ਦਾ ਡੰਗ ਥੋੜਾ ਤੇਜ਼ ਹੋਇਆ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਤੇ ਕੁਝ ਚਾਵਲੂਸ ਬੋਂਦੇ ਸਵਾਰਥੀ ਲੋਕ ਟਾਊਟ ਸਰਕਾਰੀ ਉਹ ਸਿੱਖਾਂ ਦੀਆਂ ਸ਼ਿਕਾਇਤਾਂ ਕਰਨ ਲੱਗੇ ਭਾਈ ਤਾਰਾ ਸਿੰਘ ਡਲਵਾਂ ਦਾ ਸਿੰਘ ਗੁਰੂ ਕਾ ਬੜਾ ਪਿਆਰਾ ਸਿੱਖ ਜਿਹਨੇ ਬਾਬਾ ਬੰਦਾ ਸਿੰਘ ਦੀਆਂ ਜੰਗਾਂ ਵਿੱਚ ਵੀ ਹਿੱਸਾ ਲਿਆ ਸੀ ਕੁਰਬਾਨੀ ਕੀਤੀ ਸੀ ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਉਹ ਆਪਣੇ ਨਗਰ ਆ ਗਿਆ ਨਗਰ ਦੇ ਬਾਹਰ ਬਾਹਰ ਖੇਤਾਂ ਵਿੱਚ ਡੇਰਾ ਲਾ ਲਿਆ ਇੱਕ ਵਾੜਾ ਬਣਾ ਲਿਆ ਆਲੇ ਦੁਆਲੇ ਜਰੀ ਕੰਡ ਜਰੀਰਾਂ ਦੇ ਕਰੀਰਾਂ ਦੇ ਇੱਕ ਕਿਸਮ ਦੇ ਛਾਉਣੇ ਪਾ ਲਈ ਉਹਦੇ ਵਿੱਚ ਕੋਈ ਘੋੜਾ ਵੀ ਅੱਗੇ ਨਹੀਂ ਸੀ ਆ ਸਕਦਾ ਬਾਰ ਬਾਰ ਇੱਕ ਡੂੰਘਾ ਟੋਆ ਪੁੱਟਿਆ ਉਸ ਵਾੜੇ ਦੇ ਕੋਲ ਉਹਦੇ ਵਿੱਚ ਵੱਡੇ ਵੱਡੇ ਮੁੱਢ ਲੱਕੜਾਂ ਦੇ ਸੁੱਟੇ ਗਏ ਤਾਂ ਕਿ ਸਰਦੀਆਂ ਵਿੱਚ ਇੱਥੇ ਗੁਰੂ ਕੇ ਸਿੰਘ ਆਉਣ ਬਾਗੀ ਆਉਣ ਉਹ ਇੱਥੇ ਅੱਗ ਸੇਕ ਸਕਣ ਆਇਆ ਗਿਆ ਕੋਈ ਪ੍ਰਾਣੀ ਆਵੇ ਉਹਦੀ ਸੇਵਾ ਭਾਈ ਤਾਰਾ ਸਿੰਘ ਬੜੀ ਸ਼ਰਧਾ ਸਤਿਕਾਰ ਦੇ ਨਾਲ ਕਰਦਾ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਹੈ ਇੱਧਰ ਜਿਹੜੇ ਸਰਕਾਰ ਦੇ ਬੰਦੇ ਹੁੰਦੇ ਨੇ ਟਾਊਟ ਚੌਧਰੀ ਸਰਕਾਰ ਦਾ ਨਸ਼ਾ ਹੀ ਐਸਾ ਹੈ ਪਹਿਲਾਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਅਸੀਂ ਆਮ ਲੋਕਾਂ ਦੀ ਤਰ੍ਹਾਂ ਵਿਚਰਾਂਗੇ ਪਰ ਜਦੋਂ ਰਾਜ ਭਾਗ ਮਿਲ ਜਾਂਦਾ ਹੈ ਉਹ ਸਾਰਾ ਕੁਝ ਭੁੱਲ ਜਾਂਦਾ ਹੈ ਉਦੋਂ ਫਿਰ ਉਸ ਨਸ਼ੇ ਵਿੱਚ ਗਲਤਾਨ ਹੋ ਕੇ ਲੋਕਾਂ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਸਰਕਾਰੀ ਹਾਕਮ ਸਾਹਿਬ ਰਾਏ ਨਸ਼ਹਿਰੇ ਦੇ ਰਹਿਣ ਵਾਲਾ ਇੱਥੋਂ ਦਾ ਚੌਧਰੀ ਸੀ ਉਹਨੇ ਜ਼ੁਲਮ ਕਰਨਾ ਸ਼ੁਰੂ ਕੀਤਾ ਆਪਣੀਆਂ ਘੋੜੀਆਂ ਲੋਕਾਂ ਦੇ ਖੇਤਾਂ ਵਿੱਚ ਛੱਡੀਆਂ ਸ਼ੁਰੂ ਕਰ ਦਿੱਤੀਆਂ ਲਹਿਰੀਆਂ ਕਣਕਾਂ ਉਹ ਤਬਾਹ ਹੋ ਜਾਣੀਆਂ ਕੋਈ ਇਹਦੇ ਖਿਲਾਫ ਗੱਲ ਨਹੀਂ ਕਰ ਸਕਿਆ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਚੌਧਰੀ ਜੀ ਇਹ ਘੋੜੀਆਂ ਖੁੱਲੀਆਂ ਨਾ ਛੱਡਿਆ ਕਰੋ ਜੇ ਤੁਹਾਨੂੰ ਪੱਠੇ ਚਾਹੀਦੇ ਆ ਪੱਠੇ ਦਿੱਤੇ ਜਾ ਸਕਦੇ ਆ ਰਾਜ ਦਾ ਨਸ਼ਾ ਨਾ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਨਹੀਂ ਇਹ ਮੇਰੀਆਂ ਘੋੜੀਆਂ ਇਸੇ ਤਰ੍ਹਾਂ ਚਰਨਗੀਆਂ ਸਿੱਖਾਂ ਨੇ ਆਖਿਆ ਇਹਨਾਂ ਨੂੰ ਰੱਸੇ ਪਾ ਲਓ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ ਚਾਰਾ ਦਿੱਤਾ ਜਾ ਸਕਦਾ ਹੈ ਏਡਾ ਹੰਕਾਰ ਕਹਿੰਦਾ ਰੱਸੇ ਜ਼ਰੂਰ ਪਾਏ ਜਾਣਗੇ ਪਰ ਸਿੰਘੋ ਤੁਹਾਡੇ ਲੰਮੇ ਲੰਮੇ ਕੇਸ ਕੱਟ ਕੇ ਇਹਨਾਂ ਦੇ ਰੱਸੇ ਬਣਾ ਕੇ ਫੇਰ ਮੇਰੀਆਂ ਘੋੜੀਆਂ ਵੱਸ ਸਕਦੀਆਂ ਓਦਾਂ ਨਹੀਂ ਸਿੱਖ ਭਰੇ ਪੀਤੇ ਐਸੇ ਜਵਾਬ ਸੁਣ ਕੇ ਆ ਗਏ ਉਹਨਾਂ ਨੇ ਜਾ ਕੇ ਸਾਰੀ ਗੱਲ ਬਾਬਾ ਬਘੇਲ ਸਿੰਘ ਭੁੱਸਿਆਂ ਵਾਲਾ ਭਾਈ ਅਮਰ ਸਿੰਘ ਉਹਨਾਂ ਨੂੰ ਜਾ ਕੇ ਦੱਸੀ ਚੌਧਰੀ ਐਸਾ ਜ਼ੁਲਮ ਕਰ ਰਿਹਾ ਹੈ ਅਸੀਂ ਜਾ ਕੇ ਬੇਨਤੀ ਕੀਤੀ ਹੈ ਤੇ ਸਿੱਖੀ ਪ੍ਰਤੀ ਉਹਨੇ ਐਸੇ ਸ਼ਬਦ ਬੋਲੇ ਹਨ ਬੋਲੀ ਸੀਨਾ ਚੀਰ ਗਈ ਇਹ ਗੁਰੂ ਕੇ ਸਿੰਘ ਬਾਬਾ ਬਘੇਲ ਸਿੰਘ ਤੇ ਭਾਈ ਅਮਰ ਸਿੰਘ ਉਹਨਾਂ ਨੇ ਇਹਨਾਂ ਦੀਆਂ ਘੋੜੀਆਂ ਫੜ ਕੇ ਚਲੇ ਗਏ ਬਾਬਾ ਲਖਵੀਰ ਸਿੰਘ ਨਿਹੰਗ ਸਿੰਘ ਘਰਿਆਏ ਵਾਲੇ ਕੋਲ ਉਹਦੇ ਕੋਲ ਪਹੁੰਚਾ ਦਿੱਤੀਆਂ ਬਾਬਾ ਲਖਵੀਰ ਸਿੰਘ ਇਹਨਾਂ ਘੋੜੀਆਂ ਨੂੰ ਲੈ ਕੇ ਚਲਾ ਗਿਆ ਪਟਿਆਲੇ
बाबा आला सिंह दे कोल एक घोड़ियां वेच दित्तियां गईयां, जिहड़े पैसे उधरों मिले ओ आके बाबा तारा सिंह दे लंगर विच पा दित्ते गए। पता करदिआं गल निकलदी निकलदी निकल गई कि घोड़ियां चराउण वाले बघेल सिंह ते अमर सिंह भुस्सियां वाले ते उहनां ने घोड़ियां वेच दित्तियां जाके पटियाले ते लखवीर सिंह घराले दे राही। जिहड़ी माया वट्टी है ओ आके बाबे तारा सिंह दे लंगर विच पा दित्ती गई है। बस उसे वक्त ही इहने शहरे वाला चौधरी नाल लैके थानेदार नूं पट्टी दे नूं इहने आके बाबा तारा सिंह नूं धमकाउणा शुरू कीता। आख्या तारा सिंघा तेरे कोल साडे चोर हन जिन्हां ने साडियां घोड़ियां चौधरी दियां जाके वेचियां हन पटियाले, जे तूं अपने आप नूं संत कहाउणा है ये सरकार दे बागी हन ये चोर हन इन्हां नूं साडे हवाले कर दे, नहीं तो फिर तेरा डेरा उडा दिता जाएगा। सरकारी नशे विच गलतान होके जो दबका जो धमकी चौधरी साहिबराय नशहरे वाला दे रहा है उन्हां शब्दां नूं बैंत छंद राही जोगा सिंह जोगी दा जत्था जो बयान कर दे। आखे चौधरी मथे ते वट पाके सानू पता तू बंदे लुकाए होए ने, लखमीर सिंह ने हंग करियाले वाले आला सिंह नू तोहफे पहुंचाए होए ने। तेरा सांभला वरत गवाना बई एवें भाजिया पावी ना होर सिंगा, असा तुसां तो कोड़ियां लैणियां ने तेरे कोल रहिंदे साडे चोर सिंगा। आखे चौधरी मथे ते वट पाके सानू पता तू बंदे लुकाए होए ने, लखमीर सिंह ने हंग करियाले वाले आला सिंह नू तोहफे पहुंचाए होए ने। तेरा सामने वक्त गवाना मई एवें भाजिया पावी ना होर सिंगा, असा तुसा तो कोड़ियां लैणियां ने तेरे कोल रहिंदे साडे चोर सिंगा। मेरियां जन्नां ने घोड़ियां कड्डियां ने तेरे कोलों ने हंग सां लुक कोई नहीं, एवें हर वेले वधिया आउण वाला हत्था पोलिया ना सकदा रुक कोई नहीं। मेरा सोर शरीर नहीं पछण देना लागो वड देनी डंडा ठोर सिंगा, असा तुसा तो कोड़ियां लैणियां ने तेरे कोल रहिंदे साडे चोर सिंगा। काबल कंधार कश्मीर साडा हला तक मुल्तान ते हक साडा, दिल्ली तख्त तिकर पूरी पहुंच साडी लिफिया कदे ना किसे तो लक साडा। साडे नाल जेड़ा विंगा चलदा ए असी समझ लैंदे ओदी तोर सिंगा, असा तुसा तो कोड़ियां लैणियां ने तेरे कोल रहिंदे चोर सिंगा। सत सौ साल तो बने हाकम तुसी कल जम्मे हो गाला कड दे जे, अठ अठ महीने भुखे रहण वाले लत्ता पकड़े आ लोकां दियां वड दे जे। अज नी सदियां तो जित रहे हां किन्नू भुले आए साडा जोर सिंगा, असा तुसा तो कोड़ियां लैणियां ने तेरे ਕੋਲ ਰਹਿੰਦੇ ਸਾਡੇ ਚੋਰ ਸਿੰਘਾ। ਅਸੀਂ ਪਿੰਡ ਨੇ ਸ਼ਹਿਰ ਦੇ ਚੌਧਰੀ ਹਾਂ ਚੌਧਰੀ ਹਾਂ ਇਹ ਕਹਿੰਦਾ ਚੌਧਰੀ ਹਾਂ, ਅਸੀਂ ਪਿੰਡ ਨੇ ਸ਼ਹਿਰ ਦੇ ਚੌਧਰੀ ਹਾਂ ਪੂਰੇ ਐਸ਼ ਕਰਨੇ ਹੋ ਜੱਦੀ ਹੱਕ ਸਾਡਾ, ਜਦੋਂ ਤੱਕ ਨਾ ਆਪਣਾ ਵਾਰ ਲਈਏ ਉਦੋਂ ਤੀਕ ਨਹੀਂ ਮਿਟਦਾ ਸੱਕ ਸਾਡਾ। ਆਏਗਾ ਕੀਤਿਆਂ ਵਾਧਿਆਂ ਦੇ ਪਹਿਲਾ ਪਾਰ ਆਏ ਵੰਗ ਮੋਰ ਸਿੰਘਾ, ਅਸਾਂ ਤੁਸਾਂ ਤੋਂ ਕੋੜੀਆਂ ਲੈਣੀਆਂ ਨੇ ਸਾਰੇ ਕੋਲ ਰਹਿੰਦੇ ਸਾਡੇ ਚੋਰ ਸਿੰਘਾ। ਥਾਣੇਦਾਰ ਨੂੰ ਪੁੱਛੋ ਕੀ ਆਖਦਾ ਏ ਵਾਦਾ ਤੁਸਾਂ ਨੇ ਸਾਥੇ ਕੀਤਾ ਕਿ ਨਹੀਂ, ਅੱਲਾ ਸਿੰਘ ਰਾਜੇ ਪਟਿਆਲੀਏ ਤੋਂ ਪੂਰਾ ਤੁਸਾਂ ਮੋਆ ਵਜਾ ਲਿੱਤਾ ਕਿ ਨਹੀਂ। ਹਾਲਾਂ ਤੱਕ ਕਸੂਰ ਵੀ ਮੰਨਦਾ ਨਹੀਂ ਝੂਠ ਬੋਲਦਾ ਨਵੇਂ ਨਕੋਰ ਸਿੰਘਾ, ਅਸਾਂ ਤੁਸਾਂ ਤੋਂ ਕੋੜੀਆਂ ਲੈਣੀਆਂ ਨੇ ਤੇਰੇ
दान चमंदा वाली ओए भी गल कोई नहीं पैके परे विच गल ना बेड़ लईए सोटे नाल हुंदे मसले हल कोई नहीं ओए अपने मालक दे हुक्म नू समझ लईदा नहीं लहरां नू करीदा गोर सिंगा असां तुसां तो कोड़ियां लैणियां ने तेरे कोल रहिंदे साडे चोर सिंगा दे दे बाबा बघेल सिंह पुस्से आंदा अमर सिंह दूजा ओदा यार दे दे ते लखमीर सिंह दे दे करियाले वाला एक होर बंदा बंदे चार दे दे जोगी ताद दाते काबू पाए हुए ने हदों वध नहीं छड दे डोर सिंगा असा तो सा तो कोड़ियां लैणियां ने तेरे कोल रहिंदे साडे चोर सिंगा तेरे कोल रहिंदे साडे चोर सिंगा भैन जी बड़े शरदा दे नाल सचे पातशाह दी चरणा विच अरदास करदे आ कि तीन भतीजियां हन भतीजा कोई नहीं गुरु तेग बहादुर महाराज तुहाडे बारे तुहाडे अरदास सदा शब्द सिख दरौंदा है तेग बहादुर सिमरिया कर नौ निध आवे ताए तू सारियां दातां देण वाला है कृपा करो भैन जी दी अरदास पूरी होवे सारियां नूं सचे पातशाह धीआं पुत्तर बख्शण कोई इस संसार तों सखणा ना जा ਸਾਡੀ ਕਵੀਸ਼ਰੀ ਦੇ ਬਹੁਤ ਉਪਾਸ਼ਕ ਸਰਦਾਰ ਜਗੀਰ ਸਿੰਘ ਜੀ ਪੰਡੋਰੀ ਨਗਰ ਤੋਂ ਉਹ ਜਥੇ ਦੇ ਮਾਣ ਵਿੱਚ ਮਾਇਆ ਭੇਜਦੇ ਹੈ ਬਾਬਾ ਜੀ ਬਲਕਾਰ ਸਿੰਘ ਜੀ ਕਾਰ ਸੇਵਾ ਵਾਲੇ ਕਦੇ ਸ਼ਿਵਪੁਰੀ ਸਾਨੂੰ ਬਹੁਤ ਇਹ ਬੁਲਾਉਂਦੇ ਰਹੇ ਉਸ ਤੋਂ ਬਾਅਦ ਹਨੂਮਾਨਗੜ੍ਹ ਸੇਵਾ ਹੈ ਤਾਰਾ ਸਿੰਘ ਬਾਬਾ ਤਾਰਾ ਸਿੰਘ ਜੀ ਸੱਚਖੰਡ ਵਾਸੀ ਸਰਿਆਲੀ ਸਾਹਿਬ ਵਾਲੇ ਬਹੁਤ ਵੱਡੇ ਮਹਾਨ ਸਾਧੂ ਸਨ ਜਿਨ੍ਹਾਂ ਦੀ ਸੰਪਰਦਾ ਅੱਜ ਵੀ ਆ ਜਦੋਂ ਹੜ੍ਹ ਆਏ ਬਹੁਤ ਵੱਡੇ ਬੰਨ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲਿਆਂ ਨੇ ਇਹ ਲੋਕਾਂ ਦਾ ਦਰਦ ਜਾਣ ਕੇ ਦਿਨ ਰਾਤ ਇੱਕ ਕਰਕੇ ਸੰਗਤਾਂ ਨੂੰ ਲੈ ਕੇ ਕਿਸੇ ਢੰਗ ਦੇ ਨਾਲ ਇਹ ਲੋਕ ਬਚਾਏ ਜਾ ਸਕਣ ਇਹ ਹੈ ਸੇਵਾ ਇਹ ਹੈ ਸੰਤਗਿਰੀ ਲੋਕਾਂ ਦਾ ਦਰਦ ਆਪਣੇ ਦਿਲ ਵਿੱਚ ਲੈ ਕੇ ਚੱਲਣਾ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਮਹਾਂਪੁਰਸ਼ ਕਰ ਰਹੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਸਵਾਵਾਂ ਲੱਗੀਆਂ ਹੋਈਆਂ ਮਹਾਂਪੁਰਸ਼ ਚੜ੍ਹਦੀ ਕਲਾ ਦੇ ਨਾਲ ਨਿਭਾਉਂਦੇ ਰਹਿਣ ਆ ਬਾਬਾ ਜੀ 19ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਉਹਨਾਂ ਦੇ ਨਾਮ ਤੋਂ ਕਈ ਵੀਰਾਂ ਵੱਲੋਂ ਮਾਇਆ ਆਈ ਹੈ ਸੱਚੇ ਪਾਤਸ਼ਾਹ ਸਾਰਿਆਂ ਦੀ ਚੜ੍ਹਦੀ ਕਲਾ ਕਰ ਮੇਰੇ ਵੀਰ ਨਗਿੰਦਰ ਸਿੰਘ ਜੀ ਖੋਸਾ ਦਲ ਸਿੰਘ ਵਾਲੇ ਬਹੁਤ ਸਤਿਕਾਰ ਕਰਦੇ ਹੈ ਸਰਪੰਚ ਸਾਹਿਬ ਨਾ ਬਾਣੀ ਨਾਲ ਜੁੜੇ ਹੋਈ ਆਤਮਾ ਹੈ ਜਥੇ ਦੇ ਮਾਣ ਵਿੱਚ 200 ਰੁਪਇਆ ਉਹਨਾਂ ਵੱਲੋਂ ਮਾਇਆ ਪਹੁੰਚੀ ਹੈ ਸਤਿਗੁਰੂ ਚੜ੍ਹਦੀ ਕਲਾ ਕਰੀ ਸਾਡਾ ਬਹੁਤ ਪਰਮ ਪਿਆਰਾ ਮਿੱਤਰ ਸੁਖਵੰਤ ਸਿੰਘ ਜੀ ਪਰਵਾਨਾ ਭਾਂਬੜੀ ਵਾਲੇ ਸੁਪਰਡੈਂਟ ਸਾਹਿਬ ਧਰਮ ਪ੍ਰਚਾਰ ਕਮੇਟੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਸਵਾਵਾਂ ਨਿਭਾ ਰਹੇ ਹੈ ਉਹਨਾਂ ਵੱਲੋਂ ਜਥੇ ਦੇ ਮਾਣ ਵਿੱਚ ਮਾਇਆ ਹਾਜ਼ਰ ਹੈ ਸਤਿਗੁਰੂ ਚੜ੍ਹਦੀ ਕਲਾ ਕਰ ਅਰਸ਼ਦੀਪ ਸਿੰਘ ਦੇ ਨਾਮ ਤੋਂ ਮਾਇਆ ਹਾਜ਼ਰ ਹੈ ਹੋਰ ਬੈਂਤ ਸੰਗਤਾਂ ਵੱਲੋਂ ਗੁਪਤਦਾਨ ਮਾਇਆ ਆਈ ਹੈ ਸਤਿਗੁਰੂ ਸਾਹਿਬ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਸਾਰੇ ਦੀਆਂ ਮਨੋਕਾਮਨਾਵਾਂ ਗੁਰੂ ਬਾਬਾ ਜੀ ਪੂਰੀਆਂ ਕਰਨ ਸਾਡਾ ਵੀਰ ਕੁਲਵੰਤ ਸਿੰਘ ਜੀ ਵੇਂਪੀ ਵਾਲੇ ਸੱਚੇ ਪਾਤਸ਼ਾਹ ਨੇ ਥੋੜ੍ਹੀ ਜਿਹੀ ਅੱਖਾਂ ਦੀ ਜੋਤ ਜਾਂਦੀ ਰਹੀ ਹੈ ਪਰ ਕਵੀਸ਼ਰੀ ਪਤੀ ਪ੍ਰਤੀ ਬਹੁਤ ਪਿਆਰ ਹੈ ਸਾਰੇ ਕਵੀਸ਼ਰਾਂ ਦਾ ਸਤਿਕਾਰ ਕਰਦੇ ਹੈ ਜੋਗੀ ਸਾਹਿਬ ਦੇ ਨਾਲ ਬਹੁਤ ਪਿਆਰ ਸੀ ਸੋ ਹਰ ਦੀਵਾਨ ਵਿੱਚ ਆ ਕੇ ਹਾਜ਼ਰੀ ਭਰਦੇ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਦਾਤ ਬਖਸ਼ੇ ਕੌਮ ਦੇ ਜਜਾਰੂ ਸੂਰਮੇ ਜੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਨਾਮ ਤੋਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀ ਮੈਂ ਅਰਦਾਸ ਕਰਾਉਂਦੇ ਹੈ ਸਤਿਗੁਰੂ ਚੜ੍ਹਦੀ ਕਲਾ ਜਦੋਂ ਐਸੇ ਬੋਲ ਬੋਲੇ ਬਾਬਾ ਤਾਰਾ ਸਿੰਘ ਨੇ ਆਖਿਆ ਚੋਰ ਅਸੀਂ ਨਹੀਂ ਆ ਸਾਡੇ ਕੋਲ ਨਹੀਂ ਹਨ ਚੋਰ ਚੋਰ ਚੌਧਰੀ ਸਾਹਿਬ ਤੂੰ ਹੈ ਤੂੰ ਲੋਕਾਂ ਦਾ ਉਜਾੜਾ ਕਰਦਾ ਹੈ ਤੇ ਲੋਕਾਂ ਦੇ ਫਸਲਾਂ ਖਰਾਬ ਹੁੰਦੀਆਂ ਹੈ ਇਸ ਕਰਕੇ ਤੇਰੀਆਂ ਘੋੜੀਆਂ ਫੜੀਆਂ ਗਈਆਂ ਇਹਨਾਂ ਨੂੰ ਅਸੀਂ ਤੇਰੇ ਹਵਾਲੇ ਨਹੀਂ ਕਰਾਂਗੇ ਏਡਾ ਹੰਕਾਰ ਕਹਿੰਦਾ ਤੂੰ ਸਾਡੇ ਹਵਾਲੇ ਨਹੀਂ ਕਰੇਗਾ ਇਹ ਚੋਰ ਮੈਂ ਤੁਹਾਡੇ ਸਿਰ 'ਚ ਜੁੱਤੀਆਂ ਮਾਰ ਕੇ ਲੈ ਲਵਾਂਗਾ ਜੁੱਤੀਆਂ ਮਾਰ ਕੇ ਜਦੋਂ ਜੁੱਤੀਆਂ ਮਾਰ ਕੇ ਸ਼ਬਦ ਵਰਤੇ ਬਾਬਾ ਜੀ ਨੇ ਆਖਿਆ ਤੂੰ ਜੁੱਤੀਆਂ ਖਾ ਕੇ ਜਾਵੇਂਗਾ ਸਾਨੂੰ ਮਾਰਨ ਵਾਲਾ ਕੌਣ ਹੁੰਦਾ ਬਸ ਇੰਨੀ ਗੱਲ ਦੀ ਦੇਰ ਸੀ ਸਿੰਘਾਂ ਨੇ ਇਸ਼ਾਰਾ ਸਮਝਿਆ ਢਾਲਿਆ ਕੁੱਲੇ ਵਾਲੀ ਪੱਗ ਲੈ ਗਈ
थानेदार दा पिस्टल भी सिंघा ने ला लिया। ये वापस गया पट्टी। जाहर बेग नूं सारी कहानी दसी, मेरी इस तरह बीती हुई है। सरकारी नशे विच 200 बंदा लेके जाहर बेग आया, कहिंदे जी तड़के पै लिए, तड़के सुत्तिआं नूं दबोच लईए। पर सिख सदा सचेत रहिंदा है। सिख अमृतधारी जिहड़ा नितनेमी अमृत वेले गुरु का जाप करदा है। तड़के अमृत वेले बाबा बघेल सिंह बाहर जल मैदान जाने वास्ते पानी का गड़वा लेके तुरिया है। उहदे कन्नां विच आवाज पई घोड़ियां दे सूंबां दी। इन्हें समझ लिया कि जिन्हां नूं कल कुट के कढ़िया सी अज आ गए, इन्हां दा मुकाबला करना पवेगा। कहिंदा जे मैं दसण गया नाल दे सिंह कहणगे डरदा आ गया। गुरु का सिंह पिछे नहीं हटदा। हुण जो मर्जी होवेगी मैं इन्हां दा डट के मुकाबला करां। ये आए बाबा बघेल सिंह ने आखा तुसीं कौण जे? चौधरी ने आखा मैं पछाण लिया इहो ही आ बघेल सिंह, साडा घोड़ियां दा चोर। ये बच के ना चला जाए, हल्ला करो। हल्ला होया, गोली बाबा बघेल सिंह ने भी चलाई। जदों गोली चली अंदरलां सिंघां नूं पता लग गया भी फौजां आ गईआं तड़के। ये भी सिंघ आए, मुकाबला होया। दो भतीजे जाफर बेग दे मारे गए, होर भी नाल कई कूच कर गए। बड़ी मुश्किल नाल अपने भतीजिआं दीआं लोथां चका के कंबो की माड़ी लै गया। उस तों बाद इन्हां लोथां नूं चका के साहिब राय ते नाल ये जाफर बेग ये पहुंचे हन लाहौर, सूबेदार जकरिया खान दे कोल, जिहनूं खान बहादुर आख्या जांदा। 1726 ईस्वी विच इहो ही सन है जदों ये नवा नवा अजे लाहौर दा सूबेदार बणिआ। पहला लाहौर दा सूबेदार सी अब्दुल समद खान दलेरे जंग, उहदा पुत्र सी ये जकरिया खान। इहदी शुरुआत दी भी गल मैं करनी जरूरी समझदा। जदों बाबा बंदा सिंह नूं लैके लाहौरों तुरिया सी ये जकरिया खान दिल्ली खड़न वास्ते, 200 सिंह हन नाल जिंदा। जदों अमृतसर दे कोल आया सी इहदे मन विच ख्याल आया सी, उह जदों मैं 200 सिंह लैके हाजिर होवांगा उंगलां उठणगीआं। आ सन 200 सिंह जिन्हां ने तुहाडी लखां दी गिणती नूं 8 महीने वक्त पा छड्या है। इह सिंघां दी गिणती वधा लैणी चाहीदी आ। गिणती किवें वधे? जे को राज भाग है की नहीं कर सकदा। इन्हें अपने सरकारी करिंदिआं नूं सिपाहीआं नूं फौजदार आख्या सी, चढ़ो अमृतसर दे आसे पासे दे पिंडां विच, जिहड़ा भी सिख मिले जे उह लड़न दा यतन करे उहनूं उत्थे खत्म कर दित्ता जावे, जिहड़ा हथ ना चुके उहनूं जिंदा गिरफ्तार कर लिया जावे। इस पापी दे हुक्म दे नाल मिल मिल के किरती सिखां दा शिकार जकरिया खान दीआं फौजां ने कीता सी। सैकड़े घर उजाड़ के 550 दे करीब जिंदा सिख इन्हें होर नवे गिरफ्तार किए सन। इहदी शुरुआत इत्थों होई सी। हुण इह मुकम्मल लाहौर दा सूबेदार है, इहदे कोल जाके उह रख के लोथां जिहड़ी गल शिकायत कीती गई कि तारा सिंह दे कोल डाकू चोर लटेरे धाड़वी रहिंदे, बड़ा उहने अत मचाई होए इलाके विच, ਉਹ ਰਾਜ ਭਾਗ ਵਾਸਤੇ ਖਤਰਾ ਹੈ। ਤੁਹਾਡੇ ਮੁਗਲ ਕਾਲ ਦੇ ਦੌਰਾਨ ਕੋਈ ਬੰਦਾ ਕੁਸਕਦਾ ਨਹੀਂ, ਪਰ ਇਹ ਤਾਰਾ ਸਿੰਘ ਲੰਗਰ ਚਲਾਉਂਦਾ, ਬਾਗੀਆਂ ਨੂੰ ਪਨਾਹ ਦਿੰਦਾ ਹੈ। ਉਹਦੇ ਕੋਲ ਸਾਡੇ ਚੋਰ ਹਨ, ਘੋੜੀਆਂ ਵੇਚ ਕੇ ਜਿਨ੍ਹਾਂ ਨੇ ਪਚਾਈਆਂ ਸਨ ਪਟਿਆਲੇ, ਉਹ ਉਹਦੇ ਕੋਲ ਰਹਿ ਰਹੇ ਹਨ। ਅਸੀਂ ਜਾ ਕੇ ਪੁੱਛਿਆ, ਚੋਰ ਸਾਡੇ ਹਵਾਲੇ ਕਰ ਦੇ, ਉਹਦਾ ਖਮਿਆਜ਼ਾ ਸਾਨੂੰ ਆ ਮਿਲਿਆ, ਮੇਰੇ ਦੋ ਭਤੀਜੇ ਮਾਰੇ ਗਏ, ਜੋ ਸ਼ਿਕਾਇਤ ਜਕਰੀਆ ਖਾਨ ਦੇ ਕੋਲ ਇਹਨਾਂ ਨੇ ਕੀਤੀ। ਤਾਰਾ ਸਿੰਘ ਦੇ ਕੋਲ ਨਹਿਰੀ ਦੇ ਚੋਰ ਲਟੇਰੇ ਜੰਗੀ। ਗੌਰ ਕਰੇ ਜੇ ਖਾਨ ਬਹਾਦਰਾ ਫੌਰੀ ਵਕਤ ਯਾਦ ਰੱਖੋ ਫਿਰ ਵਸ ਨਹੀਂ ਆਉਣੇ ਜੇ ਸਿੱਖ ਵਧ ਗਏ।
ਦੀਆਂ ਘੋੜੀਆਂ ਕੱਢ ਕੇ ਲਾ ਗਏ ਸਾਨੂੰ ਅੱਖਾਂ ਵਖਾਈਆਂ ਕਰ ਲੋ ਜੋ ਕੁਝ ਮਰਜ਼ੀ ਕਹਿੰਦੇ ਅਸੀਂ ਮੰਗਾਂ ਨਹੀਂ ਪਾਈਆਂ ਕੱਪੇ ਸਾਡੇ ਸਿਰ ਪਾੜਨ ਨੂੰ ਖੰਡੇ ਫਿਰਦੇ ਰੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਮਨ ਮਨ ਲੋਹਾ ਲੱਕੀ ਬੱਦਾ ਮਨ ਮਨ ਲੋਹਾ ਲੱਕੀ ਬੱਦਾ ਛਤਰੀ ਜੱਡੀਆਂ ਢਾਲਾਂ ਸਾਡੀ ਫੌਜ ਨਾਲ ਜੰਗ ਲੜਨ ਨੂੰ ਪਾਉਂਦੇ ਫਿਰਨ ਧਮਾਲਾ ਮਨ ਮਨ ਲੋਹਾ ਲੱਕੀ ਬੱਦਾ ਚੰਦਰ ਜਈਆਂ ਚੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਸੂਰਜ ਚੜੇ ਸਮਾਧੀ ਲਾਉਂਦੇ ਰਾਤ ਨੂੰ ਕਰਦੇ ਲੁੱਟਾ ਮੇਰੇ ਨਾਲ ਜੋ ਵਾਦਾ ਹੋਇਆ ਮੈਂ ਕੀਦੇ ਤੇ ਸੁੱਟਾ ਪਰਚੇ ਰੱਖੇ ਮਾਲਿਸ਼ ਕਰਕੇ ਦਿਸਣ ਜੰਗ ਦੇ ਡੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਥਾਣੇਦਾਰ ਤੇ ਕਹਿਣ ਚੌਧਰੀ ਵੇਖੋ ਜੀ ਕੀ ਬੀਤੀ ਜਗ ਦੇ ਬਿੰਦਾ ਮਾਰਿਆ ਸਾਨੂੰ ਗੱਲ ਚੰਗੀ ਨਹੀਂ ਕੀਤੀ ਹੋਣੀ ਮਨ ਦੇ ਕੜੇ ਕਾਨੂੰਨ ਨੂੰ ਫਿਰ ਨਸ਼ਕੇ ਦੇ ਟੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਅੰਗਿਆਰਾ ਜੋ ਭਖਦੇ ਨੇਤਰਾ ਸੌ ਸੌ ਤੇ ਇੱਕ ਪਾਰੀ ਸਾਨੂੰ ਦੱਸਦੀ ਨਾਲ ਖੁਦਾ ਦੇ ਪੱਕੀ ਉਹਨਾਂ ਦੀ ਯਾਰੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਹੁਕਮ ਕਰੋਗੇ ਕਿਸ ਦਿਨ ਜਾਣਾ ਬਈ ਹੁਕਮ ਕਰੋਗੇ ਕਿਸ ਦਿਨ ਜਾਣਾ ਚੜ ਸਿੰਘਾਂ ਤੇ ਜਾਈਏ ਰਣ ਤੱਤੇ ਵਿੱਚ ਤਾਰਾ ਸਿੰਘ ਦੇ ਮਿਣ ਮਿਣ ਮੋਛੇ ਪਾਈਏ ਅਸਲ ਚ ਉਹਨਾਂ ਈਰਖ ਵਾਲੀ ਖੰਗ ਜਾਪਦੀ ਖੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਸੱਚ ਸੋਚ ਲੋ ਹੋਰ ਜੇ ਵੱਧ ਗਏ ਫਿਰ ਥੰਮੇ ਨਹੀਂ ਰਹਿਣੇ ਏਦਾਂ ਰਹੀ ਤਾਂ ਸਾਨੂੰ ਉਹਨਾਂ ਦੇ ਹੁਕਮ ਪੈਣਗੇ ਸਹਿਣੇ ਲਾਉਂਦੇ ਰੱਗ ਸਮਾਨ ਦੇ ਘਰ ਨੂੰ ਸਾਜਿਸ਼ ਕਰਦੇ ਨੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਬਗਿਆਣਾ ਦੇ ਟੋਲੇ ਕੱਚ ਦੇ ਵਾਂਗਰ ਟੁੱਟ ਜਾਵਾਂਗੇ ਹੱਥ ਜੇ ਪਾ ਲੈ ਬੋਲੇ ਜਥੇਦਾਰ ਦੇ ਕਹਿਣ ਤੇ ਮਰਦੇ ਕੁੱਲ ਪੋਸਤੀ ਪੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਇਸ ਤਰ੍ਹਾਂ ਜੇ ਵੱਧ ਗਈ ਚੋਰੀ ਮੁਲਕ ਨੀ ਕਾਬੂ ਰਹਿਣਾ ਨੀਵੇਂ ਪਾਸੇ ਵੱਲ ਨੂੰ ਜੋਗੀ ਦੀਨ ਦਿਹਾੜਨੇ ਵੈਣਾ ਨਾ ਮਰਨੋ ਜਿਹਨੂੰ ਗੁਰਮੁਖਾ ਸ਼ਰਾ ਨਾਗਣੀ ਡੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਸਰਦਾਰ ਸਰਜੀਤ ਸਿੰਘ ਜੀ ਜੋ ਅਮਰੀਕਾ ਵਿੱਚ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਵੀਰ ਜੀ ਮਾਇਆ ਅਰਦਾਸ ਕਰਾਉਂਦੇ ਹੈ ਹੋਰ ਵੀਰਾਂ ਵੱਲੋਂ ਮਾਇਆ ਪੁੱਛੀ ਹੈ ਸਤਿਗੁਰੂ ਸਾਹਿਬ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਮਲਕੀਤ ਸਿੰਘ ਜੀ ਸਰਪੰਚ ਸ਼ਾਮ ਨਗਰ ਵਾਲੇ ਸਾਡੇ ਬਹੁਤ ਹੀ ਪਰਮ ਪਿਆਰੇ ਮਿੱਤਰ ਮਹਾਨ ਕਵੀਸ਼ਰ ਗਿਆਨੀ ਹਰਭਜਨ ਸਿੰਘ ਜੀ ਘਣੂਪੁਰ ਕਾਲਿਆਂ ਵਾਲੇ ਬੜੇ ਚੜ੍ਹਦੀ ਕਲਾ ਦੇ ਕਵੀਸ਼ਰ ਔਰ ਅਕਾਲੀ ਦਲ ਦੇ ਮਹਾਨ ਵਰਕਰ ਜਿੱਥੇ ਬੰਦਾ ਲੱਤ ਜਿੱਥੇ ਲਾਤੀ ਸੂਰਮੇ ਨੇ ਡੜਕੇ ਖੜ ਜਾਂਦਾ ਸੀ ਉਹਨਾਂ ਦੇ ਸਪੁੱਤਰ ਹਨ ਉਹਨਾਂ ਵੱਲੋਂ ਜਥੇ ਦੇ ਮਾਣ ਵਿੱਚ ਆਈ ਹੈ ਸਗਰੂ ਚੜ੍ਹਦੀ ਕਲਾ ਕੀ ਅੱਗ ਲੱਗ ਗਈ ਜ਼ਕਰੀਆ ਖਾਨ ਨੂੰ ਉਸੇ ਵਕਤ 2000 ਦੇ ਕਰੀਬ ਬੰਦਾ ਰੈਕਲੇ ਤੋਪਾਂ ਦੇ ਕੇ ਮੋਮਨ ਖਾਨ ਦੀ ਡਿਊਟੀ ਲਾਈ ਜਾਓ ਜਾ ਕੇ ਬਾਬਾ ਤਾਰਾ ਸਿੰਘ ਦਾ ਡੇਰਾ ਤਬਾਹ ਕਰ ਦੇ ਰਸਤੇ ਵਿੱਚ ਸ਼ਰ੍ਹਾਂ ਦੇ ਨਾਮ ਤੇ ਫੌਜ ਹੋਰ ਵੀ ਇਕੱਠੀ ਹੁੰਦੀ ਚਲੀ ਗਈ ਇਹ ਆ ਗਏ ਹਨ ਬਾਬਾ ਤਾਰਾ ਸਿੰਘ ਦੇ ਡੇਰੇ ਦੇ ਕੋਲ
ਇਹੋ ਵਿਚਾਰ ਕੇ ਅੱਧੀ ਰਾਤ ਵੇਲੇ ਅੰਮ੍ਰਿਤ ਵੇਲੇ ਸੁੱਤਿਆਂ ਨੂੰ ਨੱਪ ਲਿਆ ਜਾਵੇ। ਇੱਕ ਕਿਸੇ ਸਿੰਘ ਨੇ ਆ ਕੇ ਵੈਸੇ ਖਬਰ ਵੀ ਕਰ ਦਿੱਤੀ ਸੀ, ਬਾਬਾ ਜੀ ਇਉਂ ਕਰੋ ਫੌਜਾਂ ਆ ਰਹੀਆਂ ਹਨ, ਦੋ ਕੁ ਦਿਨ ਇੱਧਰ ਆਸੇ ਪਾਸੇ ਮਾਲਵੇ ਵੱਲ ਨੂੰ ਹੋ ਜਾਓ, ਫੌਜਾਂ ਆ ਕੇ ਵਾਪਸ ਮੁੜ ਜਾਣਗੀਆਂ ਜਦੋਂ ਲੱਭਾ ਕੁਝ ਨਾ। ਬਾਬਾ ਤਾਰਾ ਸਿੰਘ ਨੇ ਆਖਿਆ ਨਹੀਂ ਸਿੰਘੋ, ਸਿੰਘ ਦਾ ਕਰਮ ਨਹੀਂ ਭੱਜਣਾ, ਸੂਰਮਾ ਕਦੇ ਰਣ ਮੈਦਾਨ ਆਪਣਾ ਡੇਰਾ ਛੱਡ ਕੇ ਤੁਰਦਾ ਨਹੀਂ, ਸਮਾਂ ਸ਼ਹੀਦੀਆਂ ਦਾ ਆ ਗਿਆ, ਮੈਂ ਸ਼ਹਾਦਤ ਪਾਉਣੀ ਹੈ, ਜਿਨ੍ਹਾਂ ਨੇ ਜਾਣਾ ਹੋਵੇ ਜਾ ਵੀ ਸਕਦੇ ਹੈ, ਕੋਈ ਰੋਕ ਟੋਕ ਨਹੀਂ, ਪਰ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਣੇ ਹੈ ਉਹ ਤਗੜੇ ਹੋ ਕੇ ਇੱਥੇ ਡਟ ਕੇ ਬੈਠੋ, ਗੁਰੂ ਮਹਾਰਾਜ ਭਲੀ ਕਰੇਗਾ। ਸੋ ਜਿਵੇਂ ਸੂਰਮੇ ਤਿਆਰ ਹੋ ਰਹੇ ਹਨ, ਕਵਿਤਾ ਲਿਖਣ ਵਾਲਾ ਲਿਖਾਰੀ ਉਹਦੀ ਕਲਮ 'ਚ ਬੜੀ ਤਾਕਤ ਹੁੰਦੀ ਹੈ, ਕਿਹੜੇ ਕਿਹੜੇ ਸਿੰਘ ਕਿਹੜੇ ਕਿਹੜੇ ਨਗਰ ਦੇ ਬਾਬਾ ਜੀ ਦੇ ਕੋਲ ਸਨ ਤੇ ਉਹ ਕੀ ਕਹਿ ਰਹੇ ਹਨ, ਉਹ ਇਸ ਛੰਦ ਵਿੱਚ ਸਾਰਾ ਕੁਝ ਆ ਜਾਣਾ ਹੈ। ਭਾਈ ਲਖਵੀਰ ਸਿੰਘ ਜੀ ਘਰਿਆਲੇ ਵਾਲੇ, ਇਸੇ ਤਰ੍ਹਾਂ ਮੇਘ ਸਿੰਘ ਮੱਦਰ, ਫਾਤਾ ਸਿੰਘ ਚੂੰਗ, ਭਾਈ ਬਲਾਕਾ ਸਿੰਘ ਸਾਂਗਣਾ, ਉਹਨਾਂ ਸਾਰਿਆਂ ਦੇ ਨਾਮ ਤੇ ਉਹ ਕੀ ਕਹਿ ਰਹੇ ਹੈ, ਛੰਦ ਵਿੱਚ ਨਾਮ ਆਉਣਾ ਹੈ ਤੇ ਜੋ ਲਲਕਾਰ ਬਾਬਾ ਜੀ ਨੇ ਮਾਰੀ, ਉਹ ਦੁਨੀਆਂ ਦੇ ਲੋਕੋ ਸਿੰਘੋ, ਸੰਸਾਰ ਅੰਦਰ ਕਮਜ਼ੋਰਾਂ ਨੂੰ ਕੋਈ ਨਹੀਂ ਪੁੱਛਦਾ, ਇੱਥੇ ਜਿਹਦੇ ਬਾਹਾਂ ਵਿੱਚ ਤਾਕਤ ਹੈ ਬਲ ਹੈ ਉਹਨੂੰ ਲੋਕ ਝੁਕਦੇ ਹੈ, ਕਮਜ਼ੋਰਾਂ ਦੀ ਕੋਈ ਥਾਂ ਨਹੀਂ ਤੇ ਹੱਸ ਕੇ ਸ਼ਹਾਦਤਾਂ ਦੇਣੀਆਂ ਪੈਣਗੀਆਂ। ਜਿਹੜੀ ਲਲਕਾਰ ਬਾਬਾ ਤਾਰਾ ਸਿੰਘ ਨੇ ਤਿਆਰੀ ਵਾਸਤੇ ਦਿੱਤੀ, ਔਰ ਗੁਰੂ ਕੇ ਸਿੰਘ ਜਿਵੇਂ ਗੱਜਦੇ ਫਿਰਦੇ ਹੈ ਉਸ ਵੇ ਦੀ ਕਹਾਣੀ ਨੂੰ ਬੈਂਤ ਛੰਦਰਾਈ ਨਾਲ ਦੇ ਸਾਥੀ ਉਬਾਰ ਕਰਦੇ। ਮੋਮਨ ਖਾਨ ਲਾਹੌਰ ਤੋਂ ਜਦੋਂ ਚੜਿਆ ਕਹਿੰਦਾ ਸਿੱਖੀ ਦਾ ਨਾਮ ਮਿਟਾ ਦਿਆਂਗਾ, ਚੜਿਆ 2000 ਜਵਾਨ ਲੈ ਕੇ ਕਹਿੰਦਾ ਦੀਨ ਤੋਂ ਜਿੰਦ ਲੁਟਾ ਦਿਆਂਗਾ। ਲੀਗ ਖਿੱਚ ਜ਼ਮੀਰ ਤੇ ਕਿਹਾ ਬਾਬੇ ਸਿੱਖ ਧਰਮ ਤੋਂ ਜਿੰਦੜੀ ਲਾਈ ਜਾਵੇ, ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ, ਜਿੰਨੇ ਮੌਤ ਵਿਆਉਣੀ ਅੱਗੇ ਆਈ ਜਾਵੇ। 100,000 ਨਾਲ ਲੜਨ ਨੂੰ ਤਿਆਰ ਚਾਹੀਏ, ਜਿਹੜਾ ਗੁਰੂ ਦਾ ਸਿੱਖ ਮਹਾਨ ਹੋਵੇ, ਲੇਖੇ ਧਰਮ ਦੇ ਲੱਗਦਾ ਉਹ ਬੰਦਾ ਸੱਚ ਬੋਲਦੀ ਜੀ ਦੀ ਜ਼ਬਾਨ ਹੋਵੇ। ਨਾਵੇਂ ਪਾਤਸ਼ਾਹ ਜਗ ਕੀਤੀ ਏ ਬਾਬੇ ਬਘੇਲ ਸਿੰਘ ਨੇ, ਉਹਦੇ ਵਾਂਗ ਲਖਮੀਰ ਸਿੰਘ ਕਰੇ ਸਿੰਘੋ, ਕਰ ਹੁੰਦਾ ਏ ਕੰਡ ਵਖਾਏ ਜਿਹੜਾ ਜੋਧਾ ਸੈਂਕੜੇ ਮਾਰ ਕੇ ਮਰੇ ਸਿੰਘੋ। ਮਾਲੀ ਸਿੰਘ ਗੁਰਬਖਸ਼ ਪੜਾਣੇ ਵਾਲਾ ਤੀਰ ਪੱਥੇ ਵਿੱਚ ਮਾਂਝ ਕੇ ਪਾਈ ਜਾਵੇ, ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ, ਜਿੰਨੇ ਮੌਤ ਵਿਆਉਣੀ ਅੱਗੇ ਆਈ ਜਾਵੇ। ਬਾਦਲ ਸਿੰਘ ਰੱਤੋ ਕਿਉਂ ਮੌਤ ਵਿਆਉਣੀ ਅੱਗੇ ਆਈ ਜਾਵੇ, ਸਿੰਘ ਤੇ ਬਾਦਲ ਸਿੰਘ ਰੱਤੋ ਕਿਉਂ ਦੇ, ਮੇਘ ਸਿੰਘ ਮੱਦਰ ਕਿਧਰੇ ਗੱਜਦਾ ਸੀ, ਗਰਜਾ ਸਿੰਘ ਬਲਾਕਾ ਸਿੰਘ ਸਾਂਗਣੇ ਦਾ ਵਿੱਚ ਭੀਮ ਸਿਉਂ ਦਾ ਢੋਲ ਵੱਜਦਾ ਸੀ। ਸ਼ੇਰ ਸਿੰਘ ਤੇ ਸੂਬਾ ਸਿੰਘ ਕੰਗ ਪਿੰਡ ਦੇ ਉਪਮਾ ਓਨੀ ਥੋੜੀ ਜਿੰਨੀ ਗਾਈ ਜਾਵੇ, ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ, ਜਿੰਨੇ ਮੌਤ ਵਿਆਉਣੀ ਅੱਗੇ ਆਈ ਜਾਵੇ। ਬਾਬਾ ਤਾਰਾ ਸਿੰਘ ਕਹੇ ਜਵਾਨ ਮਰਦੋ, ਬਾਬਾ ਤਾਰਾ ਸਿੰਘ ਕਹੇ ਜਵਾਨ ਮਰਦੋ, ਭਗਤ ਧਰਮ ਤੋਂ ਜਿੰਦ ਲਟਾਉਣ ਦਾ ਜੇ ਛੇਵੇਂ ਪਾਤਸ਼ਾਹ ਨੇ ਜਿਹੜੀਆਂ ਕੀਤੀਆਂ ਨੇ ਉਹਨਾਂ ਕਰਨੀਆਂ ਨੂੰ ਜੱਗ ਜਾਣ ਦਾ ਜੇ ਵੈਰੀ ਮੁੜੇ ਜੋ ਕੰਨਾਂ ਨੂੰ ਹੱਥ ਲਾਵੇ, ਭਾਜੀ ਐਸੀ ਸ਼ਰੀਕਾਂ ਨੂੰ ਪਾਈ ਜਾਵੇ, ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ, ਜਿੰਨੇ ਮੌਤ ਵਿਆਉਣੀ ਅੱਗੇ ਆਈ ਜਾਵੇ। ਡੇਰੇ ਦੇ ਸਿੰਘ ਤਿਆਰ ਹੋ ਪਏ, ਕਹਿੰਦੇ ਛੱਡ ਕੇ ਪਾ ਜੋ ਜਾਕਾਰਿਆਂ ਨੂੰ, ਜੋਗਾ
सिंह के तोड़ांगे तारिया नू हिम्मत करो दे फेर जम तोर वाली मुड़ के वैरी नू चलकी वखाई जावे दुनिया विच कमजोर दी था कोई नहीं जिन्ने मौत वे आउणी अगे आई जावे सतो खान जादे तकी बेग वरगे सतो खान जादे तकी बेग वरगे जा पर बेग वरगे लम्मे पाई चलो जेड़े पुत्र खान मुरीद वरगे सारे खंडे दी तार लंघाई चलो चप्पा चप्पा जमीन नो रंग चढ़ जे ऐसी खून दी होली खंडाई जावे दुनिया विच कमजोरां दी थां कोई नहीं जिन्ने मौत वे आउणी अगे आई जावे तुर जाओ जिन्हां नू फिकर न्याणियां दा घर वालियां जिन्हां नाल लड़दियां नहीं आ जो सुरगुरु सदा लई जिन्हां होणा गल्लां सरेक मजोरां तों चढ़दियां नहीं जिथे होवे ना सिंगलां नू सूट ਉਥੋਂ ਵਸਤੀ ਵਰੋਧੀ ਦੀ ਢਾਈ ਜਾਵੇ ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ ਜਿੰਨੇ ਮੌਤ ਵੇ ਆਉਣੀ ਅੱਗੇ ਆਈ ਜਾਵੇ ਜਾਗੇ ਜਿੰਨਾ ਸ਼ਹੀਦਾਂ ਵਿੱਚ ਨਾਮ ਦੇਣਾ ਆਵੋ ਜਿੰਨਾ ਕੁਝ ਕਰਨੀਆਂ ਨੇ ਲੱਗੇ ਪੈਣ ਕਦਾੜ ਕੇ ਸ਼ੇਰ ਦੂਲੇ ਜਿੰਨਾ ਜੱਗ ਵਿੱਚ ਜਿੰਨਾ ਜੰਗ ਵਿੱਚ ਚੁੰਗੀਆਂ ਭਰਨੀਆਂ ਨੇ ਨੰਬਰ ਬਦਲ ਕੇ ਦੁਸ਼ਮਣਾਂ ਦੇ ਜੇ ਤੇ ਆਪਣੀ ਦੀ ਬਾਜੀ ਲਾਈ ਜਾਵੇ ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ ਜਿੰਨੇ ਮੌਤ ਵੀ ਆਉਣੀ ਅੱਗੇ ਆਈ ਜਾਵੇ ਵੇਖੋ ਲੱਗੀ ਨਗਾਰੇ ਤੇ ਚੋਟ ਲੱਗਣਾ ਮਰਦ ਤੁਰਨ ਲੱਗੇ ਮੌਤ ਖਾੜਿਆਂ ਨੂੰ ਲਾਗੇ ਡੇਰੇ ਦੇ ਮਲ ਲਿਆ ਮੋਰਚਿਆਂ ਨੂੰ ਸਾਰੇ ਪੈਣਗੇ ਭੇਡਾਂ ਦੇ ਵਾੜਿਆਂ ਨੂੰ ਗੁਰਮੁਖ ਚੰਨ ਰਣਜੀਤ ਆਵਦੋ ਅੱਗੇ ਪੂਰਨ ਜੋਗੀਆਂ ਦੀ ਟਾਰ ਲਾਈ ਜਾਵੇ ਦੁਨੀਆਂ ਵਿੱਚ ਕਮਜ਼ੋਰਾਂ ਦੀ ਥਾਂ ਕੋਈ ਨਹੀਂ ਜਿੰਨੇ ਮੌਤ ਵੀ ਆਉਣੀ ਅੱਗੇ ਆਈ ਜਾਵੇ ਸਾਡੇ ਵੀਰ ਸਰਦਾਰ ਪਿਆਰਾ ਸਿੰਘ ਜੀ ਸਿੰਘ ਸਭਾ ਵਾਲੇ ਦੁਬਈ ਤੋਂ ਉਹਨਾਂ ਵੱਲੋਂ ਕੌਮ ਦੇ ਮਹਾਨ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਾਉਂਦੇ ਆ ਨਾਲ ਉਹ ਕਹਿੰਦੇ ਸਾਧ ਸੰਗਤ ਜਾਗੋ ਐਸੇ ਸੂਰਮਿਆਂ ਦੇ ਪਿੱਠ ਤੇ ਖਲੋਵੋ ਉਹਨਾਂ ਦੀ ਗੱਲਬਾਤ ਕਰੋ ਉਹਨਾਂ ਦੇ ਹੱਕ ਥਾਂ ਦਾ ਨਾਰਾ ਮਾਰੋ ਤਗੜੇ ਹੋ ਕੇ ਲੜਾਈ ਲੜੀ ਜਾਵੇ ਹੋਰ ਸਾਡੇ ਵੀਰ ਜੀ ਮਾਇਆ ਅਰਦਾਸ ਕਰਾਉਂਦੇ ਆ 200 ਰੁਪਇਆ ਨਾਲ ਉਹ ਵੀ ਬੇਨਤੀ ਕਰਕੇ ਗਏ ਜਿਹੜੇ ਹੜ੍ਹਾਂ ਵਿੱਚ ਜਿਹਨਾਂ ਦਾ ਨੁਕਸਾਨ ਹੋਇਆ ਲੋਕ ਸੜਕਾਂ ਤੇ ਆ ਗਏ ਤੇ ਜਿਹੜੇ ਚੰਗੇ ਭਲੇ ਹੈ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਉਹ ਇਹਨਾਂ ਦੀ ਮਦਦ ਤੇ ਵੱਧ ਤੋਂ ਵੱਧ ਖਲੋਇਆ ਜਾਵੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਸਾਡਾ ਤਾਂ ਸਿਧਾਂਤ ਹੀ ਦੁਨੀਆਂ ਨਾਲੋਂ ਨਿਆਰਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਸਾਰੇ ਸੁੱਖ ਸ਼ਾਂਤੀ ਵਰਤਾਵੇ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਨਾਮ ਤੋਂ ਮਾਇਆ ਪਹੁੰਚੀ ਹੈ ਸਤਿਗੁਰੂ ਸਭ ਦੀ ਚੜ੍ਹਦੀ ਕਲਾ ਕਰਨ ਹੁਣ ਜਿਵੇਂ ਹੱਲਾ ਕੀਤਾ ਗਿਆ ਇਧਰੋਂ ਗੁਰੂ ਕੇ ਸਿੰਘ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਬੁਲਾਏ ਭਾਈ ਤਾਰਾ ਸਿੰਘ ਲੋੜੇ ਦਾ ਤੀਰ ਅੰਧਾ ਸੀ ਮਹਾਨ ਤਲਵਾਰੀਆ ਸੀ ਫੌਜਾਂ ਨੇ ਹੱਲਾ ਕੀਤਾ ਗੁਰੂ ਕੇ ਸਿੰਘਾਂ ਨੇ ਡਰ ਕੇ ਮੁਕਾਬਲਾ ਕੀਤਾ ਦੁਸ਼ਮਣ ਦੇ ਸੱਥਰ ਵਿੱਚ ਗਏ ਬਹੁਤ ਭਾਰੀ ਨੁਕਸਾਨ ਹੋਇਆ ਆਖਿਰਕਾਰ ਮੋਮਨ ਖਾਨ ਨੇ ਇੱਕ ਤਕੀ ਬੇਗ ਨਾਮ ਦਾ ਜਰਨੈਲ ਹੈ ਉਹਨੂੰ ਵੰਗਾਰਿਆ ਕਹਿੰਦਾ ਉਹ ਬਾਬਾ ਤਾਰਾ ਸਿੰਘ ਸੱਥਰ ਵਿਛਾਰਿਆ ਸਾਡੇ ਅੱਗੇ ਹੋਏ ਤੇਰਾ ਸਾਰਾ ਸਰੀਰ ਲੋਹੇ ਨਾਲ ਮਰਿਆ ਤੇਰਾ ਤੇ ਕੁਝ ਵਿਗੜਨਾ ਨਹੀਂ ਸੋ ਬਾਬਾ ਤਾਰਾ ਸਿੰਘ ਨੂੰ ਮਾਰ ਕੇ ਸਾਰੀ ਖੇਡ ਮੁਕਾ ਦੇ ਯਾਲੀ ਦੇ ਨਾਰੇ ਮਾਰਦਾ ਹੋਇਆ ਤਕੀ ਬੇਗ ਜਦੋਂ ਅੱਗੇ ਆਇਆ ਵਾਰ ਕਰਨ ਲੱਗਾ ਨੇ ਵਾਹ ਬਾਬਾ ਜੀ ਇਹ ਸਾਰੇ ਵਾਰ ਰੋਕ ਰਹੇ ਹਨ ਵੇਖਿਆ ਵਾਰ ਕਿੱਥੇ ਕੀਤਾ ਜਾਵੇ ਸਾਰਾ ਸਰੀਰ ਤੇ ਲੋਹੇ ਨਾਲ ਮਰਿਆ ਹੋਇਆ ਵਿਵੇਕ ਬੁੱਧੀ ਖਾਲਸਾ ਮੰਗਦਾ ਗੁਰੂ ਦੇ ਕੋਲੋਂ ਅਰਦਾਸ ਦੇ ਵਿੱਚ ਆਪਾਂ ਮੰਗਦੇ ਨਾ ਵਿਵੇਕ ਦਾਨ ਵੀ ਵਿਵੇਕ ਬੁੱਧੀ ਖਾਲਸੇ ਨੂੰ ਗੁਰੂ ਨੇ ਬਖਸ਼ੀ ਹੈ ਉਸ ਵਿਵੇਕ ਬੁੱਧੀ ਦਾ ਸਦਕਾ ਬਾਬਾ ਤਾਰਾ ਸਿੰਘ ਨੇ ਇਹਦੇ ਮੂੰਹ ਵਿੱਚ ਨੇਜਾ ਮਾਰਿਆ ਮੂੰਹ ਵਿੱਚ ਲਹੂ ਤੇ ਮਿੱਝ ਦੀਆਂ ਘਰਾੜਾਂ ਵਗ ਤੁਰੀਆਂ
दर्दे नाल पछा नू भजा अपना हाथी लैके जदों पछा नू मुड़दा वेख्या मोहन खान एक बोली मारी आख्या तकी वे पान चूप रहा पान तकी बेग ने आखा हां मैं ते पान चूप रहा जे तू भी स्वाद लेना है ते आ वेच वेच रहा पाना दे बीड़े बाबा तारा सिंह हो अगे गल इनी आ ना जे पान चूपने हैं ते लै बाबा तारा सिंह दे कोल ते इहदे ते भी छंद बापू ने लिख दिता तारा सोच पाउंदा मिठे पान खान जी सूरां सो पहचानिया जो लड़ा दीन के दा पुरजा कट मरा कबहू ना छाडा खेता हाक मोंग से ओ साडे तोर वेख के खाने जूंदे छड़ने नहीं कहिंदा ए तंग करे वैरियां दी जान खान जी तारा सोच पाउंदा मिठे पान खान जी तंग फैदे लैंदा चौधरी नशहरिया ओदे नाल खिंदा चौधरी नशहरिया गल नहीं सहारदा होड़ी गल कहिंदी नहीं जवान खान जी तारा सोच पाउंदा मिठे पान खान जी मन्ना नहीं ओ आत्मा सड़ी नूं पूजदा सूरमे दी जापदा मड़ी नूं पूजदा ओ जापदा ओ सच दी दुकान खान जी तारा सोच पाउंदा रखदा मशहरियां नूं वट चाड़ के नेजा मार रख दिता तालू पार के ओ सिफता करेंदा ए जहान खान जी तारा सोच पाउंदा मिठे पान खान जी नामे तुसी सच नाल एवें खिंदे जो ओ कहिंदा नेकी तुसी बदी कहिंदे जो ओ जाल माली जित दा मैदान खान जी तारा सोच पाउंदा मिठे पान खान जी आउंदा नी जकीन जाके आप तक लो जिस्म दा पैमाना ओदा नाप तक गल तो वैरियां जित दी चटान खान जी तारा सोच पाउंदा मिठे पान खान जी सजे गुरमुखां दी कोई गल टोके ना झूठे झाठे करके कानून ठोके ना कट्टी जावे झूठ दी जबान खान जी तारा सोच पाउंदा मिठे पान खान जी मुकाबले ना मने हार नू ओ होड़ी नू भी जानदार कान खान जी तारा सोच पाउंदा मिठे पान खान जी होड़ी नू भी जानदार कान मटियार जानदा है होड़ी नू भी जानदार कान खान जी
तारा सो चपाउंदा मिठे पान खान। यह छंद मैं आप तां लाया, साडा चढ़दी कला दा जिहड़ा पाछू बुलारा है रणजीत सिंह चीमा कुछ दिनों तो बीमार है, वो हक विच अरदास बेनती करो सच्चे पातशाह तंदुरुस्ती बख्शे। ये अज दे खाने दाने साडे इहो जिहा शरीर भी इदां दे हो गए, वो लक दा मणका हिल गया है खलोण दे काबल नहीं, इस करके सच्चे पातशाह कृपा करे वो तंदुरुस्त हो के दोबारा स्टेजां ते आवे ते चढ़दी कला दे नाल संगतां दी सेवा कर सके। बच्चे बाहर ने उन्हां दी चढ़दी कला वास्ते वीर जी मैं अरदास कराउंदे आ सतगुरु चढ़दी कला। महापुरश सचखंड वासी बाबा बिशन सिंह बहुत महान साधु जिन्होंने जोगी साहब से बहुत बड़िया बख्शां कीतियां, उन्हां महापुरशां दे नाम तो वीर जी मैं अरदास कराउंदे आ सतगुरु चढ़दी कला। आखिरकार इन्हें अपने भतीजे नूं मंगारिया मरीद खां नूं, आखा मरीदिया तू अगे हो तारा सिंह नूं खत्म करके सारा काम नबेड़ दे। अमरीद खां जाली दे नारे मारदा हुंदा होया अगे आया हाथी ते चढ़ के, ए तारा सिंह वल वधदा आ रिहा सी, इहनूं रोकिया सरदार भीम सिंह ने, इहने आखा बाबे वल फिर जाई मेरे नाल दो हथ करदा जा, जिवें हाथी ते चढ़ के पहला तां हाथी दा कन्न वढ के कारी फाटे ने लाया, उस तों बाद हाथी दी पूछ फड़ के सूरमा उपर चढ़ गया भीम सिंह, जिवें सिर वढ़िया ते जिवें बाबा जी ते सारे सिंह लड़दे लड़दे शहादत दा जाम पींदे है। आखरी छंद है इस प्रसंग दा प्यार नाल सुन। गगन दमामा बजियो परियो निशाने काओ, खेत जमांड्यो सूरमा अब जूजन को दाओ। तारा सिंह मर्द बहादुर जद तकी बेग नू ढाया, ओदी लोथ तड़पदी तक के गुस्सा मोह मन खानू आया। कहिंदा मेरे मर्द भतीजे है गैरत अज वंगारे, तारा सिंह मार के ला दे सिर कर्ज चढ़े जो पारे। अखा ने लू छड़िया जो नाग जरीला लड़िया, ओ सी गबरू बड़ा फुरतीला मुझ फुट दी चढ़ी जवानी, जाया ली मार के नारे अगे वधिया खा के करनी। पत्थे विच तीर फरक दे, पत्थे विच तीर फरक दे, ओ सिंह दे ताई वंगारे तेरी रात च ना के तारिया, कहिंदा बदला लै लू सारे। ओ गुस्से चलाउंदा ओ तक निशाने मारे फौजा विच भड़थू पाउंदा। तारा सिंह वल वधिया सी खान बड़ा हंकारिया, फिर जोधे भीम दे वांगू आ भीम सिंह ललकारिया। तैनू मौत घेर के लियाई ओ पुत पठानी जाया, पहला हाथ मला लिया मैनू क्यों बाबे वल नूं ताया। मौत खड़ावी जानन तेगा ते तुल के सूरे, दुश्मन रण अंदर रानन। ओ घोड़ा शेर सूरमा वधिया, घोड़ा शेर सूरमा वधिया जो बिजली गिरे आसमानो, मरते सूर में ऐसी तुर गया हथ मार जहानो। कर कैरी वारस सूरे सी कर हाथी दा वड़िया, सन दंदा जबारा चीरिया चीका मार दरन चो कढ़िया। ओ सीता बचा के योदा पण पूछ हाथी दी चढ़िया, सी भीम बड़ा फरतीला झट नाग बांगरा लड़िया। पूरा बल ला के जोदे सिर खान मारी दा वड़िया, ओदी लो तड़ो दी तक सिंह शेर जकारा छड़िया। ओ अग लगी मोमन खानो, मोमन खानू जद खान मरी ता मरिया, सारी फौज चौकती कट्ठी मनवी दे गांदा भरिया। मुट्ठी पर सिंगा उत्ते पै दुश्मन दल हजारा, पर अशके गुर दे सिंगा नहीं जूंदे मलिया हारा। ओ ऐसिया तलवारा वाइया नौ मिज दिया वगन चलारा, एक एक सिंह दे कोड़े ਤੋ
छड़ के रंगली डोली फगन विच बंकिया जोजा खेडी रण अंदर होली ओ जीवन दिया छड बहारा जीवन दिया छड बहारा सूरा कट मरिया रण दे अंदर सिंह बोल तोल दा पूरा मरदा दी जिंदगी थोड़ी पर गैरत दे नाल जिउंदे ना मन्नण दरों गुलामी कट मरदे कदे नहीं न्यौंदे इत दहाई मती सिंह ऐसे हाथ विखाए सिंह लखा ना लड़ सकदा सी मुड़ इतिहास दोहराए ओ गैरत दे छंद मेरा लिखा होया मर्दां दी जिंदगी थोड़ी पर गैरत दे नाल जिउंदे नहीं मनदे दिलों गुलामी कट मरदे कदे नहीं लिउंदे जिन्ना च देहां च प्राण रहे सूरमे लड़दे रहे सारे सिंह बाबा तारा सिंह दे समेत शहादत दा जाम पी गए 300 दे करीब ये मुगल सिपाही भी मारे गए ऐसी बाबा तारा सिंह सूरमा जोधा जती सती परवकारी उदाए प्रसंग सिंह कदे किसे दी गुलामी परवाह नहीं करदा सिंह चढ़दी कला विच रहिंदा ये ऐसी तस्वीर मेरे पातशाह ने अपने खालसे नूं बख्शी है बहुत बाबा सज्जन सिंह जी गुरु के बेर वाले महापुरश बहुत ही प्यार कवि श्रीना करते उन्होंने नाम तो माया आई है होर भी रावण सत्कार पहुंचा है मैं एक मैनेजर साहब और समुची प्रबंधक कमेटी को बेनती करांगा भारी वड्डा जोड़ मेला है स्पीकर थोड़ा जा होर इन तेज किया जाए दूर दूर तक गूंजा पैंदियां जाण जिड्डा वड्डा मेला है ओडी साउंड भी कामयाब चाहीदी है दास की बेनती मेरी प्रवान करन वीर जमशेर सिंह जी मैं अरदास करवाउंदे है आने वाले जिया मेरा सूझवान छोटा वीर भाई जगदीश सिंह जी वडाला उन्होंने हाजिरी भरनी है सो सारी संगत बहुत बहुत धन्यवाद आ सारे टीवी चैनल दुनिया के कोने कोने विच एक गल बाबा वकाला साहब का जोड़ मेला जिन्हें भी बुलारे इत्थे बोल के गए हैं वो सारी आवाज पहुँच रही है निरवैर टीवी भुल्लर टीवी एस जी पी सी टीवी सत्कार टीवी संगत टीवी सारे चैनलों का बहुत बहुत धन्यवाद मैनेजर साहब का समुची प्रबंधक कमेटी का प्रचारक वीर का बहुत बहुत धन्यवाद बिल्कुल वेख लो घड़ी एक घंटा पूरा हो गया ना अगे ना पिछे भुला माफ कर सतगुरु गज के फतेह बुलाओ आखो वाहेगुरु जी का खालसा वाहेगुरु जी की फतेह।